ਕੈਪੀਟਲ ਹਸਪੀਟਲ ਗਏ ਹਾਂ ਜੀ ਕੈਪੀਟਲ ਜੈਰ ਉੱਥੋਂ ਦੀ ਰਿਪੋਰਟਾਂ ਨੇ ਕੀ ਰਿਪੋਰਟਾਂ ਕੀ ਸ਼ੋਅ ਹੋ ਰਹੀ ਉਹਦੇ ਵਿੱਚ ਜੈਰ ਆਈ ਹੈ ਜੀ ਮੇਰੇ ਬੇਟੇ ਨੇ ਉੱਤੇ ਬਿਆਨ ਵੀ ਦਿੱਤੇ ਆ ਅੱਛਾ ਬਿਆਨ ਕਿਹਨਾਂ ਦਿੱਤੇ ਹਾਂ ਜੀ ਇਹਨਾਂ ਨੇ ਸਾਡੀ ਕੋ ਸੈਨ ਕਰਵਾਲੇ ਪੁਲਿਸ ਵਾਲੇ ਨੇ ਸਾਡੇ ਫੇਰ ਵੀ ਸਾਡੀ ਨਹੀਂ ਮੰਨੀ ਇਹ ਸਾਰੇ ਵੇਖ ਚੁੱਕੇ ਮੈਂ ਖੁੱਲ ਕੇ ਕਹਿੰਨੀ ਆ ਕਿ ਨਕੋਦਰ ਦੀ ਪੁਲਿਸ ਵੇਖ ਚੁੱਕੀ ਆ ਮੈਂ ਖੁੱਦ ਚੱਲੀ ਆ ਮੈਨੂੰ ਨਿਆਂ ਦਵਾਇਆ ਜਾਵੇ ਐਮਐਲਏ ਨੇ ਨਹੀਂ ਤੁਹਾਡੀ ਮੈਡਮ ਨੇ ਮਦਦ ਕਿਸੇ ਨੇ ਨਹੀਂ ਸੁਣੀ ਉਹ ਵੀ ਐਮਐਲਏ ਮੈਡਮ ਨੇ ਵੀ ਇਹੀ ਗੱਲ ਕਹੀ ਕਹਿੰਦੇ ਅਗੇ ਨਾ ਉਹ ਤਾਂ ਕਹਿੰਦੀ 3 ਲੱਖ ਰੁਪਈਆ ਦੇ ਸਕਦੇ ਮੈਂ 3 ਲੱਖ ਨਹੀਂ ਲੈਣਾ ਮੈਂ 30 ਲੱਖ ਨਹੀਂ ਲੈਣਾ ਮੈਂ 30 ਕਰੋੜ ਨਹੀਂ ਲੈਣਾ ਮੈਂ ਐਮਐਲਏ ਨੂੰ ਇਹੀ ਕਿਹਾ ਸੀ ਬੀਬੀ ਮੈਨੂੰ ਨਿਆਂ ਦਵਾ ਦੇ 2 ਮਹੀਨੇ ਪਹਿਲਾਂ ਵੀ 2 ਬੱਚੇ ਇੱਥੇ ਨਕੋਦਰ 'ਚ ਮਰ ਚੁੱਕੇ ਮੇਰੇ ਬੇਟੇ ਦੇ ਹਾਂ ਦੇ ਉਹਨਾਂ ਦੀਆਂ ਵੀ ਮਾਵਾਂ ਨੂੰ ਨਿਆਂ ਨਹੀਂ ਮਿਲਿਆ ਉਹਨਾਂ ਨੂੰ ਵੀ ਪੈਸੇ ਦੇ ਕੇ ਬਿਠਾਇਆ ਗਿਆ ਕਮੇਟੀ ਘਰ ਮੇਰੇ ਦੇਖੋ ਸਾਰੇ ਐਮਸੀ ਇਕੱਠੇ ਸੀ ਸਾਡੇ ਤੇ ਭਾਜੀ ਖੁੱਲ ਕੇ ਦਬਾ ਪਾਇਆ ਖੁੱਲ ਕੇ ਕਿ ਇੱਕ ਮੈਂ ਕੱਲੀ ਰੱਬ ਦੇ ਭਰੋਸੇ ਕਿ ਮੈਂ ਬੇਟੇ ਦਾ ਨਿਆਂ ਚਾਹੀਦਾ ਮੈਨੂੰ ਨਿਆਂ ਚਾਹੀਦਾ ਮੈਂ ਨਹੀਂ